ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਗਨ ਨਿਰਮਾਣ ਤੇ ਮੇਰੇ ਨਾਲ ਹੈਗੇ ਨੇ ਪੰਜਾਬੀ ਬਲੌਗਰ $14 $14 ਬੰਦੇ ਦੀ ਆ। ਤੇ ਤਾਂ ਜਿਹੜੀ ਮੇਰੀ ਜਿਮ ਆ ਜਿੱਥੇ ਮੈਂ ਜਾਂਦਾ, ਉੱਥੇ ਇੰਸਟ੍ਰਕਟਰ ਦੇ ਹੈਗਾ $30 ਘੰਟੇ ਦੇ, $30-$35। ਤਾਂ ਜਿਹੜੀ ਉਦੋਂ ਘੱਟ ਵਾਲੀ ਜਿੰਮ ਹੋਗੀ, ਮਤਲਬ ਲਾ ਲਓ ਹਿਸਾਬ 15 ਤਾਂ ਸਾਰੇ ਇੰਸਟ੍ਰਕਟਰ ਉੱਥੇ ਹੀ ਆਉਣਗੇ, $15 ਤੋਂ ਲੈ ਕੇ $100 ਤੱਕ ਪਰ ਘੰਟਾ ਇੱਕ ਸੈਸ਼ਨ ਦਾ। ਮੈਂ ਘਰ ਚ ਪਹਿਲੇ ਦਿਨ ਆਇਆ ਸੀਗਾ ਜਾਂਦਾ ਹੀ ਨਹੀਂ ਹੈ। ਆਪਾਂ ਪਹੁੰਚ ਗਏ ਜੀ ਡਿਕਸੀ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਜਾਂਦੇ। ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਉਂਦੇ ਸੀ ਨਾ, ਮੈਂ ਇੱਕ ਨਵਾਂ ਕਨਸੈਪਟ ਐਡ ਕੀਤਾ ਸੀਗਾ ਆਪਣੇ ਯੂਟਿਊਬ ਚੈਨਲ ਦੇ ਉੱਤੇ, ਗੁਰਬਾਣੀ ਵਾਲਾ। ਗੁਰਬਾਣੀ ਦੇ ਸ਼ਬਦ ਸੀਗੇ ਜਿਹੜੇ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਮੈਂ ਨਗਰ ਕੀਰਤਨ ਦੀ ਵੀਡੀਓਜ਼ ਦੇ ਵਿੱਚ ਪਾਏ ਸੀ, ਵੀ ਉਹਦਾ ਲਿੰਕ ਦਿਓ। ਤਾਂ ਮੈਂ ਕਿਹਾ ਮੈਂ ਸ਼ਬਦ ਹੀ ਰਿਲੀਜ਼ ਕਰੂੰਗਾ ਉਹ। ਉਹਦੇ 'ਚ ਮੈਂ ਕਨਸੈਪਟ ਇਹ ਸੀ ਵੀ ਸ਼ਬਦ ਵੀ ਚੱਲੂਗਾ ਅਤੇ ਨਾਲ ਮੈਂ ਇੱਕ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ਼ੋਅ ਵੀ ਕਰਦਾ ਕਰੂੰਗਾ, ਜਿਵੇਂ ਫਤਿਹਗੜ੍ਹ ਸਾਹਿਬ ਦਾ, ਜਿੱਦਾਂ ਤੁਸੀਂ ਸਾਰੇ ਲਿੰਕ 'ਚ ਵੀ ਉਹ ਦੇਖ ਸਕਦੇ ਹੋ, ਵੀਡੀਓ ਪਾਊਂਗਾ। ਫਤਿਹਗੜ੍ਹ ਸਾਹਿਬ ਗੁਰਦੁਆਰਾ ਦਾ ਪੂਰਾ ਦਰਸ਼ਨ, ਪੂਰਾ ਸਾਰਾ ਕੁਛ ਗੁਰਦੁਆਰਾ ਸਾਹਿਬ ਦਿਖਾਇਆ ਹੋਇਆ ਅਤੇ ਨਾਲ ਦੀ ਨਾਲ ਹੀ ਸ਼ਬਦ ਵੀ ਚੱਲਦਾ। ਤਾਂ ਇੱਕੋ ਟਾਈਮ 'ਤੇ ਤੁਸੀਂ ਸ਼ਬਦ ਵੀ ਸਰਵਣ ਕਰ ਰਹੇ ਹੋ ਅਤੇ ਦਰਸ਼ਨ ਵੀ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ। ਪਰ ਜਿਵੇਂ ਸਿੰਗਰ ਕਹਿੰਦੇ ਹੁੰਦੇ ਆ, ਮੂਸੇਵਾਲਾ ਹੋ ਗਿਆ, ਦਲਜੀਤ ਹੋ ਗਿਆ, ਸ਼ਬਦ ਕਿਸੇ ਨੇ ਨਹੀਂ ਦੇਖੇ। ਮੈਂ ਬਹੁਤ ਸ਼ੇਅਰ ਕੀਤੇ, 10,000 ਵਿਊਜ਼ ਵੀ ਨਹੀਂ ਹੋਏ, ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ। ਇਹ ਤਾਂ ਗਲਤ ਗੱਲ ਹੈ ਯਾਰ, ਹੈ ਨਾ? ਵੈਸੇ ਯਾਰ ਇਹ ਗੱਲ ਨੋਟ ਫੇਅਰ, ਠੀਕ ਹੈ, ਇਹ ਰਿਐਲਿਟੀ ਹੈਗੀ ਆ। ਅਤੇ ਆਲਸੋ ਹੁਣ ਆਪਾਂ ਗੁਰਦੁਆਰਾ ਸਾਹਿਬ ਥੈਂਕ ਯੂ ਕਹਿਣਾ ਹੈ ਜੀ। ਆਪਣੇ ਲਗਾਤਾਰ 4 ਵਲੌਗ ਸੀ ਜਿਹੜੇ ਤੁਸੀਂ ਸਕਰੀਨ 'ਤੇ ਹੁਣ ਦੇਖ ਰਹੇ ਹੋ, 4 ਦਾ ਲੱਖ ਲੱਖ ਵਿਊ ਟੱਪਿਆ ਅਤੇ ਮੇਰ ਆ ਜੀ ਪਰਮਾਤਮਾ ਦੀ, ਤਾਂ ਥੈਂਕ ਯੂ ਸੋ ਮੱਚ ਤੁਹਾਡਾ ਦਿਲੋਂ। ਠੰਡ ਬਹੁਤ ਲੱਗ ਰਹੀ ਆ। ਤੇ ਇੱਕ ਹੋਰ ਬਾਈ ਨੂੰ ਮੈਂ ਕਹਿਣਾ ਹੁੰਦਾ ਟਿਕਟੋਕ ਚਲਾਇਆ ਕਰੋ, ਤੇ ਹੁਣ ਬਾਈ ਟਿਕਟੋਕ ਤੇ ਐਕਟਿਵ ਹੋਣ ਲੱਗਿਆ, ਤਾਂ ਜ਼ਰੂਰ ਟਿਕਟੋਕ ਤੇ ਵੀ ਜਾ ਕੇ ਫੋਲੋ ਕਰਿਓ। ਟਿਕਟੋਕ ਤੇ ਤਲਵਾਰ ਵੀਡੀਓ ਉਰੇ ਰੋਕ ਦੋ, ਬੰਦ ਕਰ ਦੇ, ਕਿਉਂ ਪੌਜ਼ ਕਰੋ, ਹੁਣ ਟਿਕਟੋਕ ਤੇ ਦੇਖ ਕੇ ਆਓ, ਅਸੀਂ ਦੋਨਾਂ ਨੇ ਪਾਈ ਆ ਵੀਡੀਓ, ਤੇ ਦੱਸਿਓ ਕਿਹੋ ਜੀ। ਪੌਜ਼ ਕਰੋ ਤੇ ਟਿਕਟੋਕ ਐਪਲੀਕੇਸ਼ਨ ਖੋਲੋ, ਖੋਲੀ ਨਹੀਂ ਤੁਸੀਂ ਦੇਖ ਲਓ, ਖੋਲੋ ਟਿਕਟੋਕ ਐਪਲੀਕੇਸ਼ਨ ਖੋਲੋ, ਕੰਨ ਬੰਨ ਦਿਆ ਤੇ ਉਹਦੇ ਉੱਤੇ ਪੰਜਾਬੀ ਬਲੌਗਰ ਜਾ ਕੇ ਉਹਨੂੰ ਪੰਜਾਬੀ ਬਲੌਗਰ ਨੂੰ ਫੋਲੋ ਜਾਂ ਕਰ ਦਿਓ। ਤੁਹਾਡੇ ਕਿਹੜਾ ਪੈਸੇ ਲੱਗਣੇ ਆ ਮੈਨੂੰ, ਜਾਣੇ ਮੇਰਾ ਜਵਾਕ ਕਹਿੰਦਾ ਚਾਹ ਪੂਰਾ ਹੋ ਜੂਗਾ, ਤੇ ਜ਼ਰੂਰ ਫੋਲੋ ਕਰੋ ਜੀ ਟਿਕਟੋਕ ਤੇ। ਗੱਡੀ ਡਰਾਈਵ ਕਰਨ ਦਾ ਇੰਨਾ ਸਵਾਦ ਹੈ ਨਾ ਕੈਨੇਡਾ ਦੇ ਵਿੱਚ, ਬਾਕੀ ਦਾ ਪਤਾ ਨਹੀਂ, ਮੈਂ ਐਕਸਪੀਰੀਅੰਸ ਹੀ ਇੱਕ ਤਾਂ ਪਹਿਲੀ ਵਾਰ ਗੱਡੀ ਡਰਾਈਵ ਕੀਤੀ ਹੈ, ਇਹ ਚੰਗੀ ਗੱਲ ਨਹੀਂ ਹੈਗੀ।
ਬਹੁਤ ਧੋਣੇ ਵਾਲੀ ਆ ਗੱਡੀ, ਪਰ ਯਾਰ ਬਾਹਲਾ ਜ਼ਿਆਦਾ ਸਵਾਦ ਆ ਸੱਚੀ ਉਹ ਕੈਨੇਡਾ ਦਾ ਬਈ। ਇਹ ਤਾਂ ਹੁਣ ਤੂੰ ਜਾਣ ਚੱਲ ਕੈਨੇਡਾ ਦੀਆਂ ਲਾਈਫਾਂ ਦੋ ਤਰੀਕੇ ਨਾਲ ਮੈਂ ਬਣਦਾ ਹੁੰਦਾ ਸੀਗਾ ਵੀ ਸਟੂਡੈਂਟ ਉਦੋਂ ਬਾਅਦ ਵਰਕ ਪਰਮਿਟ ਉਦੋਂ ਬਾਅਦ PR ਨਾ ਵੀ ਐਂ ਵੰਡੀ ਜਾਂਦੀ ਆ। ਹੁਣ ਕੈਨੇਡਾ ਦੀ ਲਾਈਫ ਦੋ ਤਰੀਕੇ 'ਚ ਵੰਡੀ ਵੀ ਜਾਂਦੀ ਆ, ਵਿਦ ਕਾਰ ਵਿਦਆਊਟ ਕਾਰ ਦੋ ਟਾਈਪਸ ਨੇ ਕੈਨੇਡਾ ਦੀਆਂ ਲਾਈਫ ਦੀਆਂ। ਬਟ ਏਦਾਂ ਵੀ ਏਦਾਂ ਨਹੀਂ ਹੈਗਾ ਵੀ ਕਾਰ ਆ ਤੁਹਾਡੇ ਕੋਲ, ਜਿਹੜਾ ਬੱਸਾਂ ਸਵਾਦ ਆ ਉਹ ਬੱਸਾਂ ਵਾਲਿਆਂ ਨੂੰ ਇਹ ਪਤਾ ਵਾ, ਉਹ ਤਾਂ ਮੈਨੂੰ ਪਤਾ ਆਪਾਂ ਹਲੇ ਵੀ ਕੋਟ ਰੇਂਜ ਚਾਹੀਦਾ। ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਚੋਂ ਜੀ ਮੱਥਾ ਟੇਕ ਲਿਆ ਅਤੇ ਦੇ ਖਾ ਲਈ ਅਤੇ ਆ ਗਿਆ। ਤੂੰ ਗੱਗੂ ਨੇ ਹੁਣ ਕਰਾਇਆ ਰੀਚਾਰਜ, ਉਹ ਕਿੰਨੇ ਪੈਸਿਆਂ ਦਾ ਕਰਾ ਲਿਆ ਇਕੱਠਾ ਹੀ? ਹਫ਼ਤਾ ਚੱਲ ਜੀ ਇਕੱਠੇ 30 ਪਵਾ ਲਏ ਪ੍ਰੈਸਟੋ ਦੇ ਵਿੱਚ। ਸਟੂਡੈਂਟ ਲਾਈਫ ਵੀ ਹੁਣ ਫਰਕ ਤਾਂ ਹੁੰਦਾ PR ਤੇ ਸਟੂਡੈਂਟ ਬੰਦੇ 'ਚ, ਠੀਕ ਹੈ? ਸਟੂਡੈਂਟ ਹੀ ਹਾਲੇ ਤੱਕ, ਮਤਲਬ ਨੋ ਸਟੂਡੈਂਟ ਨੋ ਵਰਕ ਇਨ ਦਾ ਮਿਡਲ, ਹੀ ਇਜ਼ ਇਨ ਦਾ ਮਿਡਲ ਸਟੇਟਸ। ਤੇ ਪਤਾ ਨਹੀਂ ਕਦੋਂ ਵੀ ਮੈਨੂੰ ਇੰਡੀਆ ਭੇਜ ਸਕਦਾ, ਟਿਕਟ ਲਾ ਟਿਕਟ ਵੀ ਉਹਨਾਂ ਨੂੰ ਲਾਉਣੀ ਪੈਣੀ। ਅਤੇ ਮੈਂ ਅੱਜ ਫਾਈਲ ਫੁਲ ਲੈ ਕੇ ਆਇਆ ਸੀਗਾ, ਮੈਂ ਕਿਹਾ ਚੱਲ ਬਾਈ ਵਰਕ ਪਰਮਿਟ ਅਪਲਾਈ ਕਰਨ ਦੀ ਕਰਿਆ ਨਹੀਂ, ਦੇਖ ਲਾ ਬਿਜੀ ਬੰਦੇ। ਯਾਰ ਮੈਂ ਲੈਂਦਾ ਪੈਸੇ ਵਰਕ ਪਰਮਿਟ ਅਪਲਾਈ ਕਰਨ ਦੇ। ਹੁਣ ਆਪਾਂ ਗੱਗੂ ਨੂੰ ਡਰੋਪ ਕਰਦੇ ਹਾਂ ਜੀ। ਮੈਂ ਨਹੀਂ ਜਾਂਦਾ ਕਦੇ, ਮੈਂ ਤੇਰੇ ਨਾਲ ਜਾਣਾ ਕਿਤੇ। ਨਹੀਂ ਮੈਂ ਕਿਤੇ ਹੋਰ ਜਾਣਾ, ਮੈਂ ਦੱਸ ਨਹੀਂ ਸਕਦਾ, ਮੈਂ ਨਾਲ ਜਾਣਾ, ਮੈਂ ਦੱਸ ਨਹੀਂ ਸਕਦਾ, ਦੇਖ ਲਾ ਪਿੱਛੇ ਬਹਿਣਾ ਪੈਣਾ। ਹੈਂ ਬਹਿ ਜੂੰਗਾ। ਚੰਗਾ ਜੀ ਆਪਾਂ ਹੁਣ ਗੱਗੂ ਨੂੰ ਡਰੋਪ ਕਰਦੇ ਹਾਂ। ਵਲੌਗ ਛੋਟਾ ਹੀ ਸੀਗਾ, ਪਰ ਜਿੰਨੇ ਵੀ ਥੱਲੇ ਲਿੰਕ ਦਿੱਤੇ ਆ ਨਾ ਟਿਕਟੋਕ 'ਤੇ ਜ਼ਰੂਰ ਫੋਲੋ ਕਰ ਦਿਓ ਸਾਨੂੰ ਦੋਨਾਂ ਨੂੰ, ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਦਿਓ, ਅਤੇ ਮੇਰਾ ਇੱਕ ਯੂਟਿਊਬ ਚੈਨਲ ਆ ਯਾਰ ਯੂਟਿਊਬ ਸ਼ਾਰਟਕੱਟਸ, ਉਹਦੇ ਉੱਤੇ ਆਪਣੀ ਵੀਡੀਓ 2 ਮਿਲੀਅਨ ਟੱਪ ਗਈ ਯਾਰ ਵਿਊਜ਼, 2 ਮਿਲੀਅਨ, ਉਹ ਵੀ ਇੰਗਲਿਸ਼ ਦੇ ਵਿੱਚ। ਮੈਂ ਦੇਖਿਓ ਉਦੋਂ ਮੈਂ ਇੰਗਲਿਸ਼ ਕਿੰਨੀ ਔਖੀ ਭਾਰੀ ਹੋ ਕੇ ਬੋਲਦਾ ਸੀ, ਮੈਂ ਹੁਣ ਵੀ ਔਖੀ ਭਾਰੀ ਹੋ ਕੇ ਬੋਲਦੀ ਹਾਂ, ਪਰ ਯਾਨੀ ਉਦੋਂ ਬਾਹਲੀ ਔਖੀ ਭਾਰੀ ਹੋ ਕੇ ਬੋਲਦਾ ਸੀ। ਅਤੇ ਉਹ ਜ਼ਰੂਰ ਵੀਡੀਓ ਚੈੱਕ ਕਰਿਓ ਅਤੇ ਚੈਨਲ 'ਤੇ ਜ਼ਰੂਰ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਫੋਲੋਅਰ ਨੇ, ਜਿਹੜੇ ਯਾਨੀ ਦਿਲੋਂ ਚਾਹੁੰਦੇ ਆ, ਬਾਕੀ ਜਿਹੜੇ ਨਹੀਂ ਦਿਲੋਂ ਚਾਹੁੰਦੇ ਵੀ ਕੋਈ ਕਰ ਦਿਓ, ਉਹ ਵੀ ਕਰ ਦਿਓ। ਤੁਹਾਡਾ ਕੀ ਜਾਣਾ ਯਾਰ, ਤੁਹਾਡਾ ਕੀ ਜਾਣਾ, ਜਵਾਕ ਦਾ ਚਾਹੀ ਹੁੰਦਾ ਯਾਰ, 60,000 ਸਬਸਕ੍ਰਾਈਬਰ ਉਹਦੇ ਉੱਤੇ ਵਧਾ ਦਿਓ ਯਾਰ, ਅਸੀਂ ਉਹਦਾ ਵੀ ਪਲੇ ਬਟਨ ਲੈ ਲਈਏ, ਉਹਦਾ ਪਲੇ ਬਟਨ ਦਾ ਫਿਰ ਤੁਹਾਨੂੰ ਸਰਪ੍ਰਾਈਜ਼ ਦਵਾਂਗੇ। ਹਾਂ ਉਹ ਤਾਂ ਇੱਕ ਵੱਡਾ ਸਰਪ੍ਰਾਈਜ਼ ਹੈ, ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ, ਫੋਲੋ ਕਰਿਓ, ਚਲੋ ਬਾਹਲਾ ਵੀ ਨਹੀਂ ਕਹਿਣਾ ਚਾਹੀਦਾ, ਚੰਗਾ ਜੀ ਸਾਰਿਆਂ ਨੂੰ ਮਿਲਦੇ ਅਗਲੇ ਵਲੌਗ ਦੇ ਵਿੱਚ, ਤੇ ਮੇਰਾ ਲਿੰਕ ਨਾ ਥੱਲੇ ਐਡ ਕਰਿਓ, ਠੀਕ ਆ? ਹਾਂ ਨਹੀਂ ਸ਼ੇਅਰ ਲਾ ਜੀ, ਟੇਕ ਕੇਅਰ, ਬਾਏ, ਮਿਲਦੇ ਅਗਲੇ ਵਲੌਗ ਦੇ ਵਿੱਚ, ਮਾਸੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਮਾਸੀ ਜੀ ਸਤਿ ਸ਼੍ਰੀ ਅਕਾਲ, ਮਾਸਟਰ ਜੀ ਸਤਿ ਸ਼੍ਰੀ ਅਕਾਲ, ਮਾਸਟਰ ਜੀ ਸਤਿ ਸ਼੍ਰੀ ਅਕਾਲ।